देश में फैली खतरनाक बीमारी कोरोना वायरस ने आम आदमी का जीना मुश्किल कर दिया है। इस कोरोना बीमारी का मुकाबला करने के लिए हर देशवासी इससे लड़ रहे हैं। समाज सेवी संस्था डेरा सच्चा सौदा के शाह सतनाम जी ग्रीन एस वेलफेयर फोर्स विंग सेवादार भी मानवता भलाई के कार्य कर रहे हैं। सुभाष नगर नाम चर्चा घर में डेरा सच्चा सौदा की साथ संगत द्वारा जरूरतमंद लोगों के लिए लंगर तैयार किया गया। जोन बंगीदास विजय कुमार ने विनती का शब्द बोलकर इस सेवा कार्य का आगाज किया। जानकारी देते हुए 45 मेंबर दुली चंद इंसा 25 मेंबर बलवंत इंसा के अलावा तमाम जिम्मेवारों ने बताया कि 2910 लोगों के लिए यह लंगर बनाया जा रहा है, जिससे सेवादारों ने मात्र 2 घंटे में पंचपीर नगर, सुभाष नगर, वरियाम नगर में घर घर जाकर बांट रहे हैं। वहीं नोडल अधिकारी आशीष कुमार, राधेश्याम व अमित कुमार की देखरेख में जरूरतमंद लोगों के बीच लंगर बांटा जा रहा है। आजकल जो कोरोना वायरस की महामारी बीमारी इस वक्त छत चल रही है, इस तरह इंडिया इतनी आ चुकी है, जिसके कारण ये सारे लॉकडाउन किया हुआ है सरकार ने। लॉकडाउन के तहत ही कुछ गरीब परिवार में काम धंधे बंद हो गए, इस करके सरकार ने ही सभी संस्था शासन वेलफेयर फोर सच्चा सौदा वालों टीम को प्रशासन ने बनाया, जिस तरह आज्ञा तहत ही और प्रशासन ਵੱਲੋਂ ਅੱਧੇ ਮਿੰਟ ਤੋਂ ਬਾਅਦ ਅਸੀਂ ਚੇਅਰਪਰਸਨ ਸਾਡੀ ਵੱਲੋਂ ਆਗਿਆ ਲੈਣ ਤੋਂ ਬਾਅਦ ਬਲਾਕ ਹੋਰ ਵੀ ਖਾਸ ਨਾਮ ਅਸ ਵੈਲਫੇਅਰ ਫੋਰਸ ਔਰ ਸੇਵਾਦਾਰ ਸਾਧ ਸੰਗ ਨੂੰ ਕੀਤਾ ਗਿਆ ਕਿ ਉਹ 10ਵਾਂ ਹਿੱਸਾ ਮੇਰ ਕੁਮਾਰੀ ਲੰਗਰ ਸਥਾਨ 'ਚ ਲਾਗੇ ਸਾਡੇ ਪ੍ਰਸ਼ਾਸਨ ਨੇ ਦਿਨ ਜਗ੍ਹਾ ਦਿੱਤੀਆਂ ਪੰਜ ਟਿੱਬਾ ਵਰਿਆਮ ਨਗਰ ਅਤੇ ਸੁਭਾਸ਼ ਨਗਰ ਵਿੱਚ ਕੀਤੀ ਲਾਗੀ ਜਿਹੜੇ ਵੀ ਪਰਿਵਾਰ ਸ਼ਾਮ ਨੂੰ ਆਪਣਾ ਅਨਾਜ ਨਹੀਂ ਹੈਗਾ ਜਿਹਦੇ ਘਰ 'ਚ ਉਹਦੇ ਬਣੇ ਲੰਗਰ ਪਾਣੀ ਗ੍ਰਾਮ ਸਾਡੀ ਕੀਤੀ ਲਾਈ ਜਿਸ ਵਿੱਚ ਲਗਭਗ ਅਸੀਂ 18,525 ਮੈਂਬਰਾਂ ਨੂੰ ਅਸੀਂ ਖਾਣਾ ਅੱਜ ਤੱਕ 7 ਦਿਨਾਂ 'ਚ ਪਵਾ ਚੁੱਕੇ ਹਾਂ। ਇਸ ਸਾਡੀ ਐਵਰੇਜ ਲਗਭਗ 2600 ਅਸੀਂ ਸਰਵੇ ਕੀਤਾ ਹੈ ਸਾਡੀ ਟੀਮ ਨੇ, ਸਾਡੀ ਬਿਜ਼ਨਸ ਵੈਲਫੇਅਰ ਫੋਰਸ ਨੇ ਅਤੇ ਇਹਦੇ ਪ੍ਰਬੰਧਕ ਜਿਹੜੇ ਸਾਰੇ ਨੇ ਸਾਡੇ ਪੱਚੀ ਮੈਂਬਰ ਪ੍ਰਵਾਨ ਚੜ੍ਹਾਈ ਜੀ, ਸਾਡਾ ਸੁਦੇਵਾ ਜੀ, 25 ਮੈਂਬਰ ਸਾਡੇ ਗੁਰਜਰ ਸਿੰਘ ਜੀ, ਨਿੱਕੀ ਗਾਂਧੀ ਜੀ, ਆਪਣੇ ਅਮੀਰ ਚੰਦ ਜੀ 15 ਮੈਂਬਰ, ਗੁਜਾਸ, ਇਹ ਸਾਰੇ ਇੱਥੇ ਲਗਨ ਨਾਲ ਸੇਵਾ ਕਰ ਰਹੇ ਹੈ ਔਰ ਜਿਹੜਾ ਪੈਸਾ ਜਿਹੜਾ ਆ ਰਿਹਾ ਸਾਨੂੰ ਕਿਸੇ ਤਰ੍ਹਾਂ ਦੀ ਸੇਵਾ ਮਦਦ ਨਹੀਂ ਕਰਦੇ। ਮਦਦ ਕਿੱਥੋਂ ਕਰਕੇ ਸਾਡੇ ਜਿਹੜੇ ਸ਼ਾਸਨ ਆਉਂਦੀ ਬਿਜ਼ਨਸ ਵੈਲਫੇਅਰ ਫੋਰਸ ਆਪਣੇ ਔਰ ਸਾਧ ਸੰਗਤ ਜਿਹੜਾ ਆਪਣਾ 10ਵਾਂ ਹਿੱਸਾ ਕੱਢਦੀ ਹੈ, ਇਹ ਸਿੱਖਿਆ ਨਾਲ ਆਪਣੇ ਸੰਤ ਗੁਰਮੀਤ ਰਾਮ ਹਿੰਦੀ ਜੀਸਾਂ ਜੀ, ਜਿਨ੍ਹਾਂ ਨੇ ਸਾਨੂੰ ਪਾਠ ਪੜ੍ਹਾਇਆ ਕਿ ਗਰੀਬ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਵਾਸਤੇ ਉਹ 10ਵਾਂ ਹਿੱਸਾ ਜਿਹੜਾ ਇਸ ਕਮਾਈ 'ਚ ਲਾ ਰਹੇ ਅਤੇ ਇਹ ਜਿਹੜਾ ਲੰਗਰ ਹੈ ਲਗਾਤਾਰ ਹੀ ਸਾਡਾ ਚੱਲ ਰਿਹਾ ਹੋਰ ਹੋਰ ਚੱਲਦਾ ਰਹੇਗਾ। ਇਸੇ ਤਰ੍ਹਾਂ ਹੀ ਅਸੀਂ ਮਦਦ ਕਰਦੇ ਰਹਾਂਗੇ ਕਿਉਂਕਿ 134 ਮਾਨਤਾ ਭਲਾਈ ਦੇ ਕੰਮਾਂ ਵਿੱਚ ਇਹ ਵੀ ਇੱਕ ਕੰਮ ਹੈ ਲੰਗਰ ਛਕਾਉਣਾ ਅਤੇ ਵੱਧ ਚੜ੍ਹ ਕੇ ਜੀਵ ਦੁਖੀਆਂ ਦੀ ਮਦਦ ਕਰਨੀ ਤਾਂ ਜੋ ਭੁੱਖੇ ਨੂੰ ਅਸੀਂ ਖਾਣਾ ਖਵਾ ਸਕੀਏ, ਰਾਸ਼ਨ ਵੰਡ ਸਕੀਏ। ਪੰਜਾਬ ਕੇ ਅਬੋਹਰ ਤੋਂ ਨਰੇਸ਼ ਬਜਾਜ, ਬਿਊਰੋ ਰਿਪੋਰਟ, ਸੱਚ ਕਹੂੰ। ਦੇਸ਼ ਵਿਦੇਸ਼ ਕੇ ਤਮਾਮ ਖਬਰੋਂ ਸੇ ਜੁੜੇ ਰਹਿਣੇ ਕੇ ਲੀਏ ਸਬਸਕ੍ਰਾਈਬ ਕਰੀਏ ਸੱਚ ਕਹੂੰ और बेल आइकन प्रेस करके पाएं हर लेटेस्ट अपडेट सबसे पहले।